ਅੱਜ ਜੀ ਅਸੀਂ 4-5 ਪੜਾਅ ਬਣਾਏ ਹੋਏ ਆ। ਹਰੀ ਨੌ ਤੋਂ ਅਸੀਂ ਮਾਰਚ ਆਰੰਭ ਕੀਤਾ ਸੀ ਲਗਭਗ 400 ਟਰੈਕਟਰ ਦੇ ਨਾਲ, ਤੇ ਅਖੀਰਲੇ ਪੜਾਅ ਤੱਕ ਸਾਡੇ 1150 ਦੇ ਕਰੀਬ ਟਰੈਕਟਰ ਹੈਗੇ ਆ। ਹੁਣ ਇੱਥੋਂ ਨਾਲੇ ਆ ਕੁਛ ਟਰੈਕਟਰ ਆ ਜਿਹੜੇ ਉਹ ਢੀਮਾਲੀ ਵਾਲੇ ਪੜਾਅ ਤੋਂ ਰਲਦੇ ਆ, ਵੰਦਰ ਚਾਣੇ ਵਾਲੇ ਵੰਦਰ ਚਾਣੇ ਨੂੰ ਰਲਦੇ ਆ, ਫਿਰ ਚੱਕਲਿਆਂ ਵਾਲੇ ਚੱਕਲਿਆਂ ਤੋਂ ਰਲਦੇ ਆ, ਜਿਵੇਂ ਜਿਵੇਂ ਪਿੰਡਾਂ 'ਚ ਅਸੀਂ ਜਾਵਾਂ ਉਵੇਂ ਰਲੀ ਜਾਂਦੇ ਆ। ਫਿਰ ਅਖੀਰਲਾ ਸਾਡਾ ਜਿਹੜਾ ਪੜਾਅ ਹੈਗਾ ਉਹ ਟਹਿਣਾ ਪਿੰਡ ਹੈ। ਟਹਿਣੇ ਪਿੰਡ ਤੱਕ ਪਹੁੰਚਦੇ ਸਾਡੇ ਲਗਭਗ ਟਰੈਕਟਰ, ਤੁਸੀਂ ਮੰਨੋ ਵੀ 1100 ਦੇ ਕਰੀਬ ਟਰੈਕਟਰ, 1100 1150 ਟਰੈਕਟਰ ਹੋ ਜਾਣਗੇ। ਉਤਸ਼ਾਹ ਕਿੰਨਾ ਗਾ ਲੋਕਾਂ ਦੇ ਵਿੱਚ? ਬੜਾ ਉਤਸ਼ਾਹ ਜੀ, ਸਾਰਾ ਕਿਸਾਨ ਭਾਈਚਾਰਾ ਚੱਲ ਪਿਆ ਜੀ ਨਾਲ, ਜਿੰਨੇ ਕਿਸਾਨ ਹੈ ਟਰੈਕਟਰ ਵਾਲੇ ਸਾਰਾ ਦਲਿਤ ਭਾਈਚਾਰਾ ਚੱਲ ਪਿਆ ਜੀ, ਸ਼ਹਿਰ ਦੇ ਵਿੱਚੋਂ ਸਾਡਾ ਹਿੰਦੂ ਭਾਈਚਾਰਾ ਚੱਲ ਪਿਆ ਜੀ ਸਾਰਾ, ਔਰ BC ਭਾਈਚਾਰਾ ਵੀ ਸਾਰਾ ਚੱਲ ਪਿਆ ਜੀ। ਮਤਲਬ ਕੋਈ ਵੀ ਭਾਈਚਾਰਾ ਇਹੋ ਜਿਹਾ ਨਹੀਂ ਜਿਹੜਾ ਨਾ ਚੱਲਿਆ ਹੋਵੇ, ਮੁਸਲਿਮ ਭਾਈਚਾਰਾ, ਇਸਾਈ ਭਾਈਚਾਰਾ, ਸਾਰੇ ਭਾਈਚਾਰੇ ਚੱਲ ਪਿਆ ਜੀ। ਚੋਣਾਂ ਦੇ ਵਿੱਚ ਗਿਣਤੀ ਦੇ ਦਿਨ ਰਹਿ ਗਏ ਹੈਗੇ ਆ, ਹਾਂਜੀ, ਕਿਵੇਂ ਲੱਗਦਾ ਹੈਗਾ? ਬਹੁਤ ਵਧੀਆ ਮਾਹੌਲ ਹੈ ਜੀ, ਬਹੁਤ ਵਧੀਆ, ਸ਼ਾਨਦਾਰ ਨਾਲ ਜਿੱਤਾਂਗੇ। ਜਿੰਨੀਆਂ ਚੋਣਾਂ ਇਸ ਤੋਂ ਪਹਿਲਾਂ ਮੈਂ ਜਿੱਤਿਆ, ਜਿਹੜੀ ਸਭ ਤੋਂ ਵੱਧ ਵੋਟਾਂ ਦੇ ਜਿੱਤੇ ਉਦੋਂ ਵੱਧ ਵੋਟਾਂ ਦਿੱਤਾਂਗੇ ਅਸੀਂ। ਕਿਉਂ ਜੀ? ਬਿਲਕੁਲ ਜੀ, ਹਾਂਜੀ। ਰਾਹੁਲ ਜੀ, ਤੁਹਾਡਾ ਕੀ ਕਹਿਣਾ ਹੈਗਾ? ਵੀਰ, ਮੈਂ ਨਾ ਮਨ 'ਤੇ ਸੋਚ ਰਿਹਾ ਤੁਹਾਨੂੰ ਬੇਨਤੀ ਕਰਨ ਵਾਸਤੇ। ਵੇਖੋ, ਤੁਹਾਡੇ ਮਾਧਰ ਮੈਂ ਬੇਨਤੀ ਕਰੂੰਗਾ ਆਪਦੇ ਭਰਾਵਾਂ ਨੂੰ। ਮੈਂ ਜਿੰਨੇ ਭੈਣ ਭਰਾਵਾਂ ਦੇ ਕੰਮ ਕੀਤੇ ਹੈ, ਮੇਰੇ ਕੋਲ ਕੰਮ ਲੈਣ ਆਉਂਦੇ ਵੀ ਰਹੇ ਹੈ, ਅਤੇ ਕਿਉਂ ਨਾ ਨਹੀਂ ਕੀਤੀ? ਮੈਂ ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰ ਰਿਹਾ, ਭਰਾਵੋ ਜਿੰਨੇ ਯੋਗ ਤੁਹਾਡੇ ਕੰਮ ਆਏ, ਅਤੇ ਅੱਜ ਮੈਨੂੰ ਲੋੜ ਹੈ ਤੁਹਾਡੀ। ਮੇਰੇ ਸਿਰ 'ਤੇ ਹੱਥ ਰੱਖੋ, ਬਾਈ ਮੁਨਤਾਰ ਦੇ ਮੁੱਢ 'ਤੇ ਹੱਥ ਰੱਖੋ, ਸਿਰ 'ਤੇ ਹੱਥ ਰੱਖੋ, ਸਾਨੂੰ ਵੱਡੇ ਮਾਰੇ ਦਿਓ। ਕੱਲ੍ਹ ਵੀ ਤੁਹਾਡਾ ਸੀ, ਅੱਜ ਵੀ ਤੁਹਾਡਾ, ਪਰਸੋਂ ਤੁਹਾਡਾ ਰਹੂੰਗਾ।